ਕਹਿੰਦੇ ਸਭ ਵਾਸਤੇ ਇੱਕ ਹੈ ਸਾਡੇ ਤਾਂ ਜਿਹੜੇ ਕੈਦੀ ਨੇ ਉਹ ਤਾਂ ਤੁਸੀਂ ਬੰਦੀ ਕਰਕੇ ਉਹਨੂੰ ਛੱਡ ਹੀ ਦਿਆ ਨਾ 30-35 ਸਾਲ ਹੋ ਗਏ ਤੇ ਉਹ ਸਰਸੇ ਵਾਲਾ ਦੱਲਾ ਨਹੀਂ ਰਜੀਵ ਗਾਂਧੀ ਜਿਹੜਾ ਛੱਡ ਦਿੰਦੇ ਹੋ ਹੋਰ ਨੂੰ ਛੱਡੀ ਜਾਂਦੇ ਹੋ ਜਿਹੜੇ ਰਜੀਵ ਗਾਂਧੀ ਦੇ ਕਾਦੇ ਛੱਡਤੇ ਆ ਸਾਡੇ ਬੰਦੀ ਸਿੰਘ ਅੰਦਰ ਖੜੇ ਆ ਹੁਣ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਹਨਾਂ ਦੇ ਸੰਵਿਧਾਨਕ ਤੌਰ ਤੇ ਸਜ਼ਾਵਾਂ ਕੱਟ ਲੀਆਂ ਡਬਲ ਡਬਲ ਪੂਰੀਆਂ ਕਰ ਲੀਆਂ ਬੰਦੀ ਸਿੰਘ ਬਣ ਗਿਆ ਅਮਰ ਤੋਂ ਬਣ ਸਿੰਘ ਬਣ ਕੇ ਪਹਿਲਾਂ ਇਹ ਤਾਂ ਕਿੱਥੇ ਜਾਣ ਦੇ ਕੁਝ ਕਰਨ ਦਾ ਹੈ ਨਹੀਂ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਹਿੰਦੇ ਪਰ ਕਾਨੂੰਨ ਦੀਆਂ ਤਾਈਆਂ ਹਿੰਦੁਸਤਾਨ ਸਰਕਾਰ ਆ ਰਹੀ ਹੈ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਫਾਲੋ ਕਰ ਰਹੇ ਹਾਂ ਪਰ ਕਾਨੂੰਨ ਨੂੰ ਗਲਤ ਕਰ ਰਹੇ ਹਾਂ ਅਸੀਂ ਪੀਸਫੁਲ ਕਰ ਰਹੇ ਹਾਂ ਜਦੋਂ ਕਾਨੂੰਨ ਤੋਂ ਬਾਹਰ ਹਿੰਦੁਸਤਾਨ ਸਰਕਾਰ ਸਾਡੀ ਆਵਾਜ਼ ਬੰਦ ਕਰ ਰਹੀ ਹੈ ਆਵਾਜ਼ ਕੁਚਲਦੀ ਹੈ ਅਸੀਂ ਸਵਾਲ ਕਿ ਦਰੇ ਵਿੱਚ ਕਰ ਰਹੇ ਹਾਂ ਪ੍ਰੋਟੈਸਟ ਕਰ ਸਕਦੇ ਇਹ ਵੀ ਫਿਰ ਕਾਨੂੰਨ ਦੇ ਪ੍ਰੋਟੈਸਟ ਦਾ ਸਾਨੂੰ ਇਜਾਜ਼ਤ ਹੈ ਵਾਟਰ ਲੇਕ ਦੇ ਦਰਾਂ ਚ ਥੋੜੀ ਇਜਾਜ਼ਤ ਹੈ ਤੁਹਾਡਾ ਮੈਂ ਪੁਆਇੰਟ ਮੈਂ ਆਪਣਾ ਰਾਏ ਦੱਸ ਰਿਹਾ ਹਾਂ ਹੁਣ ਜਿਹੜਾ ਭਾਰਤ ਦਾ ਕਾਨੂੰਨ ਹੈਗਾ ਭਾਰਤ ਦੇ ਵਿੱਚ ਵੀ ਇਹ ਮੁਤਾਬਕ ਇੱਕ ਮਿੰਟ ਰੁਕੋ ਖਾਲਿਸਤਾਨ ਹੁਣ ਉਸ ਕਾਨੂੰਨ ਕਹਿੰਦੇ ਸਭ ਵਾਸਤੇ ਇੱਕ ਹੈ ਸਾਡੇ ਤਾਂ ਜਿਹੜੇ ਕੈਦੀ ਨੇ ਉਹ ਤਾਂ ਤੁਸੀਂ ਬੰਦੀ ਕਰਕੇ ਉਹਨੂੰ ਛੱਡ ਹੀ ਦਿਆ ਨਾ 30-35 ਸਾਲ ਹੋ ਗਏ ਤੇ ਉਹ ਸਰਸੇ ਵਾਲਾ ਦੱਲਾ ਨਹੀਂ ਰਜੀਵ ਗਾਂਧੀ ਜਿਹੜਾ ਛੱਡ ਦਿੰਦੇ ਹੋ ਹੋਰ ਨੂੰ ਛੱਡੀ ਜਾਂਦੇ ਹੋ ਜਿਹੜੇ ਰਜੀਵ ਗਾਂਧੀ ਦੇ ਕਾਦੇ ਛੱਡਤੇ ਆ ਸਾਡੇ ਬੰਦੀ ਸਿੰਘ ਅੰਦਰ ਖੜੇ ਆ ਹੁਣ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਹਨਾਂ ਦੇ ਸੰਵਿਧਾਨਕ ਤੌਰ ਤੇ ਸਜ਼ਾਵਾਂ ਕੱਟ ਲੀਆਂ ਡਬਲ ਡਬਲ ਪੂਰੀਆਂ ਕਰ ਲੀਆਂ ਬੰਦੀ ਸਿੰਘ ਬਣ ਗਿਆ ਅਮਰ ਤੋਂ ਬਣ ਨਵੇਂ ਬੰਦੀ ਸਿੰਘ ਬਣ ਕੇ ਪਹਿਲਾਂ ਇਹ ਤਾਂ ਕਿੱਥੇ ਜਾਣ ਦੇ ਦਿਆਂ ਕੁਝ ਕਰਨ ਦਾ ਹੈ ਨਹੀਂ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਹਿੰਦੇ ਪਰ ਕਾਨੂੰਨ ਦੀਆਂ ਤਾਈਆਂ ਹਿੰਦੁਸਤਾਨ ਸਰਕਾਰ ਆ ਰਹੀ ਹੈ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਫਾਲੋ ਕਰ ਰਹੇ ਹਾਂ ਪਰ ਕਾਨੂੰਨ ਨੂੰ ਗਲਤ ਕਰ ਰਹੇ ਹਾਂ ਅਸੀਂ ਪੀਸਫੁਲ ਕਰ ਰਹੇ ਹਾਂ ਜਦੋਂ ਕਾਨੂੰਨ ਤੋਂ ਬਾਹਰ ਹਿੰਦੁਸਤਾਨ ਸਰਕਾਰ ਸਾਡੀ ਆਵਾਜ਼ ਬੰਦ ਕਰ ਰਹੀ ਹੈ ਆਵਾਜ਼ ਕੁਚਲਦੀ ਹੈ ਅਸੀਂ ਸਵਾਲ ਕਿ ਦਰੇ ਵਿੱਚ ਕਰ ਰਹੇ ਹਾਂ ਪ੍ਰੋਟੈਸਟ ਕਰ ਸਕਦੇ ਇਹ ਵੀ ਫਿਰ ਕਾਨੂੰਨ ਦੇ ਪ੍ਰੋਟੈਸਟ ਦਾ ਸਾਨੂੰ ਇਜਾਜ਼ਤ ਹੈ ਵਾਟਰ ਲੇਕ ਦੇ ਦਾਇਰੇ ਚ ਥੋੜੀ ਇਜਾਜ਼ਤ ਹੈ ਤੁਹਾਡਾ ਮੈਂ ਪੁਆਇੰਟ ਮੈਂ ਆਪਣਾ ਰਾਏ ਦੱਸ ਰਿਹਾ ਹਾਂ ਹੁਣ ਜਿਹੜਾ ਭਾਰਤ ਦਾ ਕਾਨੂੰਨ ਹੈਗਾ ਭਾਰਤ ਦੇ ਵਿੱਚ ਵੀ ਇਹ ਮੁਤਾਬਕ